ਗੁਰੂ ਨਾਨਕ ਰਚਿਤ ਬਾਣੀ ਜਪਜੀ ਵਿੱਚ ਸਚਿਆਰ ਦਾ ਸੰਕਲਪ ਜਪਜੀ ਪੰਜਾਬੀ ਸਾਹਿਤ ਦੀ ਸਭ ਤੋਂ ਵੱਧ ਸੂਤਰਮਈ ਰਚਨਾ ਹੈ ਸਮੁੱਚੇ ਗੁਰਮਤਿ ਦਰਸ਼ਨ ਨੂੰ ਬੜੇ ਕਲਾਮਈ ਢੰਗ ਨਾਲ ਜਿਵੇਂ ਸਮੁੰਦਰ ਨੂੰ ਕੁੱਜੇ ਵਿੱਚ ਬੰਨ੍ਹ ਕੀਤਾ ਹੋਵੇ ਇਸ ਦੀਆਂ 38 ਪੌੜੀਆਂ ਹਨ ਦੋ ਸ਼ਲੋਕ ਤੇ ਇੱਕ ਮੂਲ ਮੰਤਰ ਹੈ ਜਪਜੀ ਗੁਰੂ ਨਾਨਕ ਦੇਵ ਜੀ ਦੀ ਸਰਵੋਤਮ ਕਿਰਤ ਹੈ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਜਪਜੀ ਨਾਲ ਹੀ ਹੁੰਦਾ ਹੈ ਇਸ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਵੀ ਕਿਹਾ ਜਾਂਦਾ ਹੈ ਗ੍ਰੀਨ ਲੀਜ਼ ਦੇ ਸ਼ਬਦਾਂ ਵਿੱਚ ਇਸ ਨੂੰ ਸਾਰੇ ਸਿੱਖ ਦਰਸ਼ਨ ਦਾ ਸਾਰਾਂਛ ਮੰਨਿਆ ਜਾਂਦਾ ਹੈ ਸਿੱਖ ਤੇ ਹੋਰ ਸ਼ਰਧਾਲੂ ਇਸ ਦਾ ਨਿਤ ਸਵੇਰੇ ਪਾਠ ਕਰਨਾ ਜ਼ਰੂਰੀ ਸਮਝਦੇ ਹਨ ਇਸ ਬਾਣੀ ਵਿੱਚ ਰੱਬ ਦੇ ਸਰੂਪ ਤੇ ਮਨੁੱਖ ਦੇ ਜੀਵਨ ਮਨੋਰਥ ਨੂੰ ਬੜੇ ਸਿਆਣਪ ਤੇ ਸਫਾਈ ਨਾਲ ਨਿਰੂਪਿਆ ਗਿਆ ਹੈ ਅਤੇ ਜੀਵਨ ਦੀਆਂ ਗੁੰਝਲਾਂ ਨੂੰ ਸੰਖੇਪ ਤੇ ਸੁਚੱਜੇ ਢੰਗ ਨਾਲ ਸੁਲਝਾਇਆ ਗਿਆ ਹੈ ਇਸ ਰਚਨਾ ਵਿਚਲੇ ਵਿਚਾਰਾਤਮਕ ਤੇ ਕਲਾਤਮਕ ਗੁਣਾਂ ਨੂੰ ਮੁੱਖ ਰੱਖਦਿਆਂ ਇਸ ਨੂੰ ਸਮੁੱਚਾ ਸਮੁੱਚੀ ਬਾਣੀ ਦਾ ਸਰੋਤ ਵੀ ਮੰਨਿਆ ਜਾਂਦਾ ਹੈ ਇਸ ਨੂੰ ਸਭ ਤੋਂ ਵੱਧ ਅਮੋਲਕ ਦਾਤ ਸਭ ਤੋਂ ਵੱਧ ਉੱਛਾ ਜਨਕ ਤੇ ਜੀਵਨ ਉਸਾਰੂ ਵੀ ਕਿਹਾ ਗਿਆ ਹੈ ਇਸ ਵਿੱਚ ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਸਿੱਖਿਆ ਭਾਵ ਧਾਰਮਿਕ ਸਮਾਜਿਕ ਸਦਾਚਾਰਕ ਤੇ ਦਾਰਸ਼ਨਿਕ అనుభవ ਤੇ ਸਿਧਾਂਤਾਂ ਦਾ ਸਾਰ ਹੈ ਸੋ ਜਪਜੀ ਵਿੱਚ ਜਗਿਆਸੂ ਦੇ ਮੁੱਖ ਪ੍ਰਸ਼ਨ ਭਾਰੇ ਜਾਂ ਉਸ ਦੇ ਮਨੋ ਭਾਵਾਂ ਦੇ ਬੜੇ ਮਹੱਤਵਪੂਰਨ ਉੱਤਰ ਜਾਂ ਵਿਚਾਰ ਦਿੱਤੇ ਹੋਏ ਹਨ ਜਿਸ ਦੇ ਕਰਕੇ ਇਸ ਨੂੰ ਇੱਕ ਮਨੋਵਿਗਿਆਨਿਕ ਰਚਨਾ ਵੀ ਆਖਿਆ ਜਾ ਸਕਦਾ ਹੈ ਜਗਿਆਸੂ ਦਾ ਮੁੱਖ ਲਕਸ਼ ਪਰਮਾਤਮਾ ਦੀ ਭਾਲ ਹੈ ਪ੍ਰਾਪਤੀ ਹੈ ਇਸ ਲਈ ਇਸ ਨੂੰ ਸਚਿਆਰਾ ਹੋਣ ਦੀ ਲੋੜ ਹੈ ਜਗਿਆਸੂ ਦੀ ਇਸ ਸਮੱਸਿਆ ਦਾ ਜਪਜੀ ਦੀ ਪਹਿਲੀ ਪੌੜੀ ਵਿੱਚ ਹੀ ਵਰਣਨ ਕਰ ਦਿੱਤਾ ਹੈ ਜਿਵੇਂ ਗੁਰਗੰਥ ਸਾਹਿਬ ਵਿੱਚ ਗੁਰੂ ਨਾਨਕ ਫਰਮਾਉਂਦੇ ਹਨ ਕਿਵ ਸਚਿਆਰਾ ਹੋਈਐ ਕਿਵ ਕੋੜੇ ਟੁੱਟੈ ਪਾਲ ਇਸ ਦਾ ਉੱਤਰ ਨਾਲ ਹੀ ਸੰਖੇਪ ਵਿੱਚ ਦੇ ਦਿੱਤਾ ਗਿਆ ਹੈ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਇਸ ਕੂੜ ਪਵ ਝੂਠ ਜੋ ਸਾਡੇ ਚੋਗਿਰਦੇ ਫੈਲਿਆ ਹੈ ਨੂੰ ਤੋੜਨ ਲਈ ਅਤੇ ਬੰਧਨ ਮੁਕਤ ਹੋਣ ਲਈ ਜਪਜੀ ਵਿੱਚ ਜੋ ਦੱਸਿਆ ਹੈ ਉਸ ਨੂੰ ਜਾਣਨ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਮਨੁੱਖ ਕੀ ਹੈ ਉਸ ਦਾ ਜੀਵਨ ਮਨੋਰਥ ਤੇ ਪ੍ਰਾਪਤੀ ਅਗਲੀ ਗੱਲ ਹੈ ਗੁਰੂ ਉਸ ਨਾਨਕ ਬਾਣੀ ਵਿੱਚ ਉਜਾਗਰ ਹੁੰਦੇ ਆਦਰਸ਼ਕ ਮਨੁੱਖ ਦੇ ਚਿੱਤਰ ਨੂੰ ਪੂਰੀ ਤਰ੍ਹਾਂ ਸਮਝਣ ਲਈ ਉਸ ਦੀ ਬਹੁਪੱਖੀ ਸ਼ਖਸੀਅਤ ਦਾ ਵਿਵੇਚਨ ਕਰਨਾ ਜ਼ਰੂਰੀ ਹੈ ਪਰਮ ਯਥਾਰਥ ਦੇ ਇਸ ਅਦ੍ਰਿਸ਼ਤ ਸਰੂਪ ਵਿੱਚ ਰਹਿੰਦੇ ਉਸ ਮਨੁੱਖ ਦਾ ਸਥਾਨ ਕੀ ਹੈ ਗੁਰੂ ਨਾਨਕ ਦੇਵ ਅਨੁਸਾਰ ਮਨੁੱਖ ਇਸ ਸ੍ਰਿਸ਼ਟੀ ਦਾ ਸਰਤਾਜ ਹੈ ਸੰਸਾਰ ਦੇ ਸਾਰੇ ਧਰਮ ਇਸ ਗੱਲ ਉੱਤੇ ਸਹਿਮਤ ਹਨ ਕਿ ਮਾਨਸ ਜਨਮ ਪ੍ਰਭੂ ਵੱਲੋਂ ਬਖਸ਼ੀ ਹੋਈ ਦੁਰਲਭ ਦਾਤ ਹੈ ਇਸਾਈ ਮਤ ਵਿੱਚ ਮਨੁੱਖ ਨੂੰ ਸਾਰੀ ਰਚਨਾ ਦੀ ਤਿੱਸੀ ਕਿਹਾ ਗਿਆ ਹੈ ਮੁਸਲਮਨ ਫਕੀਰ ਇਨਸਾਨ ਨੂੰ ਅਸ਼ਰਫ ਉਲ ਮਖਲੂਕਾਤ ਕਹਿੰਦੇ ਹਨ ਯਹੂਦੀਆਂ ਦਾ ਖਿਆਲ ਹੈ ਕਿ ਖੁਦਾ ਨੇ ਮਨੁੱਖ ਨੂੰ ਆਪਣੀ ਸ਼ਕਲ ਤੇ ਬਣਾਇਆ ਹੈ ਗੁਰੂ ਨਾਨਕ ਅਨੁਸਾਰ ਮਾਨਸ ਜਨਮ ਦੁਲੱਬ ਗੁਰਮੁਖ ਪਾਇਆ ਮਾਨਸ ਜਨਮ ਇੰਨਾ ਉੱਤਮ ਤੇ ਅਮੋਲਕ ਹੈ ਕਿ ਦੇਵਤੇ ਵੀ ਇਸ ਦੀ ਪ੍ਰਾਪਤੀ ਲਈ ਤਰਸਦੇ ਹਨ ਇਸ ਦੇਹੀ ਕੋ ਸਿਮਰੈ ਦੇਵ 84 ਲੱਖ ਜੁਨਾਂ ਵਿੱਚੋਂ ਇਹੀ ਜਨਮ ਪ੍ਰਭੂ ਭਗਤੀ ਦੇ ਕਾਬਲ ਹੈ ਆਵਾ ਗਵਨ ਰਚਾਏ ਉਪਾਇ ਮੇਦਨੀ ਗੁਰੂ ਅਰਜਨ ਦੇਵ ਨੇ ਵੀ ਕਿਹਾ ਹੈ ਕਿ ਮਨੁੱਖਾ ਜਨਮ ਆਵਾ ਗਵੰਦੇ ਚੱਕਰ ਕੱਟਣ ਤੇ ਖਤਮ ਕਰਨ ਦਾ ਸਭ ਤੋਂ ਵਧੀਆ ਮੌਕਾ ਹੈ ਇਸ ਤੋਂ ਹੇਟ ਲੀਆਂ ਜੁਨਾਂ ਨੂੰ ਇਹ ਦਰਜਾ ਪ੍ਰਾਪਤ ਨਹੀਂ ਹੈ ਆਫਰਮਾਉਂਦੇ ਹਵ ਲਖ 84 ਜੁਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁਖ ਪਾਇਦਾ ਗੁਰੂ ਨਾਨਕ ਦੇਵ ਅਨੁਸਾਰ ਆਪਣੇ ਮਨੋਰਥ ਨੂੰ ਪੂਰਾ ਕਰਨ ਦਾ ਇਹੀ ਮੌਕਾ ਹੈ ਸੁਣਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਗੁਰ ਅਰਜਨ ਬਾਣੀ ਵੀ ਇਸੀ ਗੱਲ ਦੀ ਪ੍ਰੂਰਤਾ ਮਿਲਦੀ ਹੈ ਪਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮੇਲਣ ਕੀ ਇਹ ਤੇਰੀ ਬਰੀਆ ਕਬੀਰ ਜੀ ਅਨੁਸਾਰ ਇਹ ਤੇਰਾ ਇਸ ਔਸਰ ਇਹ ਤੇਰੀ 바ਰ ਘਟ ਭੀਤਰ ਤੂੰ ਦੇਖ ਮੁਰਾਰ ਸੋ ਮਨੁੱਖਾ ਜਨਮ 골ਡਨ ਓਪਰਚੁਨਿਟੀ ਹੈ ਕਿ ਮਨੁੱਖ ਇਸ ਜਨਮ ਵਿੱਚ ਪਰਮਾਤਮਾ ਨੂੰ ਮਿਲ ਸਕੇ ਤੇ ਪੂਰਨ ਮਨੁੱਖ ਜਾਂ ਆਦਰਸ਼ਕ ਮਨੁੱਖ ਜਾਂ ਸਚਿਆਰਾ ਮਨੁੱਖ ਬਣ ਸਕੇ ਮਨੁੱਖ ਅਕਾਲ ਪੁਰਖ ਵੱਲੋਂ ਹੀ ਆਉਂਦਾ ਹੈ ਤੇ ਉਸ ਵੱਲ ਹੀ ਜਾਂਦਾ ਹੈ ਪਾਰ ਬ੍ਰਹਮ ਤੇ ਜੀਵ ਉਸੇ ਤਰ੍ਹਾਂ ਸਬੰਧਤ ਹਨ ਜਿਵੇਂ ਸਾਗਰ ਤੇ ਬੂੰਦ ਅਸਲ ਵਿੱਚ ਮਨੁੱਖ ਦਿੱਸਦੇ ਸਰੀਰ ਵਾਲੀ ਅਦ੍ਰਿਸ਼ਤ ਸত্তা ਹੈ ਜਿਸ ਨੂੰ ਆਤਮਾ ਕਿਹਾ ਗਿਆ ਹੈ ਜਿੱਥੇ ਮਨੁੱਖ ਦਾ ਭੌਤਿਕ ਸਰੀਰ ਮੌਤ ਨਾਲ ਖਤਮ ਹੋ ਜਾਂਦਾ ਹੈ ਉੱਥੇ ਉਸਦੀ ਆਤਮਾ ਅਮਰ ਹੈ ਬਾਣੀ ਵਿੱਚ ਆਇਆ ਹੈ ਆਤਮ ਮੈ ਰਾਮ ਰਾਮ ਮੈ ਆਤਮ ਮਨੁੱਖ ਆਪਣੇ ਮੂਲ ਤਾਤਵਿਕ ਸਰੂਪ ਦੇ ਪ੍ਰਤੀ ਆਮ ਤੌਰ ਤੇ ਚੇਤਨ ਨਹੀਂ ਹੁੰਦਾ ਇਸੇ ਕਾਰਨ ਉਹ ਭੌਤਿਕ ਸਰੀਰ ਨੂੰ ਹੀ ਅਸਲੀ ਹੋਂਦ ਸਮਝਣ ਦੀ ਗਲਤੀ ਕਰਦਾ ਹੈ ਜਦ ਕਿ ਪਰਮਾਤਮਾ ਦੀ ਖੋਜ ਆਪਣੇ ਅੰਦਰ ਹੀ ਭਾਵ ਆਪਣੇ ਮੂਲ ਨੂੰ ਪਛਾਣ ਕੇ ਹੀ ਹੋ ਸਕਦੀ ਹੈ ਗੁਰੂ ਨਾਨਕ ਕਹਿੰਦੇ ਹਨ ਸਾਕਤ ਨਿਰਗੁਣਿਆ ਰਿਆ ਆਪਣਾ ਮੂਲ ਪਛਾਨ ਜਾਂ ਮੂਲ ਨਾ ਬੁੱਝੋ ਆਪਣਾ ਸੇ ਪਸ਼ੂਆਂ ਸੇ ਟੋੜ ਜਿਓ ਭਾਵ ਜੇ ਅਸੀਂ ਆਪਣੇ ਮੂਲ ਨੂੰ ਨਹੀਂ ਪਛਾਣਦੇ ਤਾਂ ਅਸੀਂ ਪਸ਼ੂ ਸਮਾਨ ਹਾਂ ਤੀਸਰੇ ਗੁਰੂ ਅਮਰਦਾਸ ਕਹਿੰਦੇ ਹਨ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਅਸਲੇ ਦੀ ਪਛਾਣ ਹੀ ਮਨੁੱਖ ਨੂੰ ਉੱਚੇ ਆਦਰਸ਼ ਵੱਲ ਪ੍ਰੇਰਿਤ ਕਰਦੀ ਹੈ ਆਦਰਸ਼ਿਕ ਮਨੁੱਖ ਬਣ ਸਕਣਾ ਹੀ ਆਪਣੇ ਅੰਦਰੋਂ ਪਰਮਾਤਮਾ ਨੂੰ ਪ੍ਰਗਟ ਕਰ ਲੈਣਾ ਹੈ ਜਪਜੀ ਵਿੱਚ ਗੁਰੂ ਨਾਨਕ ਦੇਵ ਨੇ ਇਸੇ ਨੂੰ ਸਚਿਆਰਾ ਬੰਨਣਾ ਕਿਹਾ ਹੈ ਪ੍ਰੋਫੈਸਰ ਸਾਹਿਬ ਸਿੰਘ ਜਬਜੀ ਸਿੱਕ ਵਿੱਚ ਲਿਖਦੇ ਹਨ प्रयोजन ਦੀ प्राप्ति ਲਈ ਪਹਿਲੀ ਸ਼ਰਤ ਹੁਕਮ ਰਜਾਈ ਚੱਲਣਾ ਹੈ। ਇਹਨਾਂ ਪੰਕਤੀਆਂ ਵਿੱਚ ਹੀ ਕਿਵਸਚਾਰਾ ਹੋਈ ਹੈ। ਹੁਕ ਦਾ ਉੱਤਰ ਹੈ ਪਾਵ ਹੁਕਮ ਰਜਾਈ ਚੱਲਣਾ। ਉਸ ਪਰਮਾਤਮਾ ਦੇ ਹੁਕਮ ਵਿੱਚ ਰਹਿ ਕੇ ਹੀ ਮਨੁੱਖ ਔਗਣਾ ਨੂੰ ਦੂਰ ਕਰਦਾ ਜਾਂਦਾ ਹੈ ਜੋ ਬੰਧਨ ਦਾ ਕਾਰਨ ਬਣਦੇ ਹਨ। ਉਸ ਸੱਚ ਨੂੰ ਪ੍ਰਾਪਤ ਕਰਨ ਲਈ ਸੱਚਾ ਤੇ ਸੁੱਚਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਗੁਰੂ ਨਾਨਕ ਅਨੁਸਾਰ ਸੱਚ ਸਭ ਤੋਂ ਉੱਚਾ ਹੈ ਪਰ ਸਚਾਈ ਵਾਲਾ ਜੀਵਨ ਉਸ ਤੋਂ ਵੀ ਉੱਚਾ ਹੈ ਸਚੋਂ ਊਰੇ ਸਭ ਕੋ ਉੱਪਰ ਸੱਚ ਅਚਾਰ ਮਨੁੱਖ ਦੀ ਵਾਸਤਵਿਕਾ ਅਤੇ ਉਸ ਦੀ ਪੂਰਨ ਸ਼ਖਸੀਅਤ ਨੂੰ ਸਮਝਣ ਲਈ ਸਾਨੂੰ ਮਾਨਵ ਸ਼ਖਸੀਅਤ ਦੇ ਦੋ ਪੱਖ ਸਰੀਰਕ ਤੇ ਮਾਨਸਿਕ ਸਮਾਜਿਕ ਤੇ ਨੈਤਿਕ ਦਾ ਅਧਿਐਨ ਕਰਨਾ ਪਵੇਗਾ ਪਹਿਲਾ ਪੱਖ ਹੈ ਸਰੀਰਕ ਤੇ ਮਾਨਸਿਕ ਪੱਖ ਗੁਰੂ ਨਾਨਕ ਅਨੁਸਾਰ ਮਨੁੱਖੀ ਸਰੀਰ ਪੰਜ ਤੱਤਾਂ ਦਾ ਪੁਤਲਾ ਹੈ ਪੰਜ ਤੱਤ ਮਿਲ ਇਹ ਤਨ ਕੀ ਆ ਇਹਨ ਪੰਜ ਤੱਤਾਂ ਜਿਵੇਂ ਅੱਗ ਪਾਣੀ ਧਰਤੀ ਹਵਾ ਤੇ ਆਕਾਸ਼ ਨਾਲ ਸਰੀਰ ਦਾ ਸਥੂਲ ਢਾਂਚਾ ਬਣਿਆ ਹੋਇਆ ਹੈ ਮਰਨ ਪਿੱਛੋਂ ਇਹ ਪੰਜੇ ਤੱਤ ਜਗਤ ਵਿਆਪੀ ਤੱਤਾਂ ਵਿੱਚ ਸਮਾ ਜਾਂਦੇ ਹਨ ਇਹ ਸਰੀਰ ਵਿੱਚ ਹੀ ਮਨ ਦਾ ਵਾਸਾ ਹੈ ਜੋ ਇਹਨਾਂ ਪੰਜਾਂ ਤੱਤਾਂ ਤੋਂ ਹੀ ਪੈਦਾ ਹੋਇਆ ਹੈ ਇਹ ਮਨ ਪੰਜ ਤੱਤ ਤੇ ਜਨਮਾ ਇਹ ਮਨ ਹੀ ਅਸਲ ਵਿੱਚ ਸਾਰੀਆਂ ਬੁਰਾਈਆਂ ਦਾ ਮੂਲ ਕਾਰਨ ਹੈ ਇਹ ਇੱਕ ਮਸਤ ਹਾਥੀ ਵਾਂਗ શરીર ਰੂਪੀ ਬਾਗ ਨੂੰ ਉਜਾੜਨ ਤੇ ਤੁਲ ਜਾਂਦਾ ਹੈ ਮਨ ਕੁੰਚਰ ਕਾਇਆ ਉਦਿਆਨ ਹੈ ਅੰਤ ਵਿੱਚ ਇਹ ਮਨ ਮਨੁੱਖ ਨੂੰ ਕੁਰਾਹੇ ਪਾ ਦਿੰਦਾ ਹੈ ਜੋ ਗੁਰੂ ਨਾਨਕ ਦੇਵ ਅਨੁਸਾਰ ਆਦਰਸ਼ਕ ਮਨੁੱਖ ਦਾ ਉਲਟ ਪਾਸਾ ਹੈ ਪੰਜ ਵਿਕਾਰਾਂ ਵਿੱਚ ਫਸ ਕੇ ਮਨੁੱਖ ਦੀ ਸਾਰੀ ਅਧਿਆਤਮਕ ਸ਼ਾਂਤੀ ਨਸ਼ਟ ਹੋ ਜਾਂਦੀ ਹੈ ਤੇ ਇਹੀ ਬੰਧਨ ਦਾ ਕਾਰਨ ਬਣਦੇ ਹਨ ਪਰ ਸਰੀਰ ਤੇ ਮਨ ਨੂੰ ਗੁਰਮਤ ਦੀ ਅਗਵਾਈ ਵਿੱਚ ਤੋੜਿਆ ਹੀ ਮੋਖ ਦੀ ਪ੍ਰਾਪਤੀ ਸੰਭਵ ਹੈ ਗੁਰੂ ਨਾਨਕ ਅਨੁਸਾਰ ਸਰੀਰ ਨੂੰ ਪਰਕਾਰ ਤੇ ਸੇਵਾ ਲਾਉਣਾ ਤੇ ਮਨ ਨੂੰ ਗੁਰੂ ਦੀ ਮੱਤ ਵਿੱਚ ਤੋੜਨਾ ਪਾਪ ਪਰਮਤਮ ਦਾ ਨਾਮ ਆਪਣੇ ਮਨ ਵਿੱਚ ਵਿਸਾਉਣਾ ਹੀ ਮਾਨਵ ਜੀਵਨ ਦਾ ਅਸਲੀ ਉਦੇਸ਼ ਹੈ ਵਿਸ਼ੇਸ਼ ਮਾਨਸਿਕ ਦਸ਼ਾ ਨੂੰ ਹੀ ਜੀਵਨ ਮੁਕਤੀ ਦੀ ਦਸ਼ਾ ਆਖਿਆ ਗਿਆ ਹੈ ਜੋ ਮਾਨਵ ਜੀਵਨ ਦਾ ਪਰਮ ਆਦਰਸ਼ ਹੈ ਜੀਵਨ ਮੁਕਤ ਸੋ ਆਖਿਆ ਜਿਸ ਵਿੱਚੋਂ ਹੋਂਮੈ ਜਾਏ ਮਨੁੱਖੀ ਸ਼ਖਸੀਅਤ ਦਾ ਦੂਸਰਾ ਮਹੱਤਵਪੂਰਨ ਪੱਖ ਉਸ ਦਾ ਸਮਾਜਿਕ ਅਤੇ ਨੈਤਿਕ ਪੱਖ ਹੈ ਅਸਲ ਵਿੱਚ ਮਾਨਵ ਸ਼ਖਸੀਅਤ ਦਾ ਮੂਲ ਆਧਾਰ ਹੀ ਉਸਦੀ ਸਮਾਜਿਕਤਾ ਹੈ ਸਮਾਜ ਵਿੱਚ ਰਹਿੰਦੇ ਆ ਹੀ ਮਨੁੱਖੀ ਸ਼ਖਸੀਅਤ ਉਗੜਦੀ ਹੈ ਕੇਵਲ ਮਨੁੱਖੀ ਅਜੀਹਾ ਨੈਤਿਕ ਜੀਵ ਹੈ ਕਿਉਂਕਿ ਉਹੋ ਹੀ ਆਪਣੇ ਨਿੱਜੀ ਲਾਭ ਤੋਂ ਉੱਚਾ ਉੱਠ ਕੇ ਸੰਭਾਵਨਾ ਰੱਖਦਾ ਹੈ ਕਿ ਨੈਤਿਕ ਗੁਣਾਂ ਨੂੰ ਧਾਰਨ ਕਰੇ ਅਤੇ ਨੈਤਿਕ ਗੁਣਾਂ ਨੂੰ ਧਾਰਮਕ ਤਰਨ ਕੀਤੇ ਬਿਨਾ ਸਮਾਜ ਦਾ ਪ੍ਰਬੰਧ ਚੱਲ ਹੀ ਨਹੀਂ ਸਕਦਾ ਨੈਤਿਕਤਾ ਤੇ ਸਮਾਜ ਦੇ ਡੁੰਗੇ ਸਬੰਧ ਕਾਰਨ ਹੀ ਗੁਰੂ ਨਾਨਕ ਸਮਾਜਿਕ ਪ੍ਰਾਣੀਆਂ ਨੂੰ ਸਦਾਚਾਰੀ ਹੋਣ ਦੀ ਪ੍ਰੇਰਣਾ ਦਿੰਦੇ ਹਨ ਕਰ ਆਚਾਰ ਸੱਚ ਸੁਖ ਹੈ ਬਿਨਾ ਨੈਤਿਕਤਾ ਦੇ ਉਹਨਾਂ ਦੇ ਦੱਸੇ ਰਾਹ ਤੇ ਪਹਿਲਾ ਕਦਮ ਵੀ ਨਹੀਂ ਪੁੱਟਿਆ ਜਾ ਸਕਦਾ ਵਿਣਗੁਣ ਕੀਤੇ ਭਗਤ ਨਾ ਹੋਏ ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਵਿਚਾਰਧਾਰਾ ਵਿੱਚ ਇੱਕ ਆਦਰਸ਼ਕ ਮਨੁੱਖ ਦੀ ਰੂਪਰੇਖਾ ਸਪਸ਼ਟ ਹੁੰਦੀ ਹੈ ਗੁਰੂ ਨਾਨਕ ਅਨੁਸਾਰ ਗੁਰਮੁਖ ਜਾ ਸਚਿਆਰ ਬੰਨਣਾ ਮਨੁੱਖੀ ਜੀਵਨ ਲਈ ਅਤ ਜ਼ਰੂਰੀ ਹੈ ਗੁਰੂ ਨਾਨਕ ਦੇਵ ਜੀ ਦੇ ਮਨੁੱਖ ਨੂੰ ਸਚਿਆਰਾ ਬਣਨ ਲਈ ਜਪਜੀ ਵਿੱਚ ਪੰਜ ਖੰਡਾਂ ਦਾ ਵਰਣਨ ਕੀਤਾ ਗਿਆ ਹੈ ਪੰਜ ਖੰਡਾਂ ਦਾ ਵਰਣਨ ਜਪਜੀ ਦੀ ਬਹੁਤ ਵੱਡੀ ਵਿਸ਼ੇਸ਼ਤਾ ਤੇ ਮਹੱਤਤਾ ਹੈ ਜਿੱਥੇ ਮਨੁੱਖ ਇਸ ਧਰਤੀ ਨੂੰ ਧਰਮ ਸਾਲ ਬਣਾ ਕੇ ਸਚਿਆਰਾ ਬਣਦਾ ਹੈ ਤੇ ਅਖੀਰ ਸੱਚਖੰਡ ਨੂੰ ਪ੍ਰਾਪਤ ਕਰਦਾ ਹੈ ਇਨਾ ਖੰਡਾਂ ਦੀ ਅਧਿਆਤਮਕ ਸਾਧਨਾ ਰਾਹੀਂ ਮਨੁੱਖ ਆਪਣੇ ਆਪ ਨੂੰ ਤਿਆਰ ਕਰਦਾ ਹੈ ਖੰਡਾਂ ਦਾ ਅਸਲ ਪ੍ਰਕਰਨ ਤਾਂ 34ਵੀਂ ਪੌੜੀ ਤੋਂ 38ਵੀਂ ਪੌੜੀ ਤੱਕ ਹੈ ਪਰ 22ਵੀਂ ਤੇ 33ਵੀਂ ਪੌੜੀ ਇਸ ਦੀ ਭੂਮਿਕਾ ਬੰਦੀਆਂ ਹਨ ਸਚਿਆਰਾ ਬਣਨ ਲਈ ਜਪਜੀ ਵਿੱਚ ਛੇਟ ਲਿਖੇ ਪੰਜ ਖੰਡਾਂ ਦਾ ਜ਼ਿਕਰ ਹੈ ਪਹਿਲਾ ਖੰਡ ਹੈ ਧਰਮ ਖੰਡ ਦੂਸਰਾ ਗਿਆਨ ਖੰਡ ਤੀਸਰਾ ਸਰਮ ਖੰਡ ਚੌਥਾ ਕਰਮਖੰਡ ਪੰਜਵਾਂ ਸੱਚਖੰਡ ਸਭ ਤੋਂ ਪਹਿਲਾਂ ਅਸੀਂ ਧਰਮਖੰਡ ਬਾਰੇ ਵਿਚਾਰ ਕਰਾਂਗੇ ਧਰਮਖੰਡ ਵਿੱਚ ਮਨੁੱਖ ਆਪਣੇ ਫਰਜ਼ਾਂ ਤੇ ਨਿਯਮਾਂ ਨੂੰ ਸਮਝਦਾ ਹੈ ਤੇ ਪਛਾਣਦਾ ਹੈ ਧੁਰਦਰਗਾਹੋਂ ਲਾਏ ਹੋਏ ਸਾਰੇ ਕਰਤੱਵ ਨਿਭਾਉਂਦਾ ਹੈ ਮਨੁੱਖ ਦਾ ਸਭ ਤੋਂ ਉੱਚਾ ਧਰਮ ਇਹੀ ਹੈ ਕਿ ਮਨੁੱਖ ਆਪਣੇ ਕਰਤੱਵਾਂ ਦਾ ਪਾਲਣ ਕਰੇ ਭਾਵ ਸਭ ਦਾ ਭਲਾ ਕਰੇ ਕਿਰਤ ਕਰੇ ਵੰਡ ਕੇ ਛਕੇ ਅਤੇ ਨਾਮ ਜਪੇ ਆਤ ਕੁਦਰਤ ਦੇ ਪਸਾਰੇ ਵਿੱਚ ਪਰਮਾਤਮਾ ਨੇ ਧਰਤੀ ਨੂੰ ਧਰਮ ਕਮਾਉਣ ਦੀ ਥਾਂ ਬਣਾਇਆ ਹੈ ਸਾਧਕ ਸ੍ਰਿਸ਼ਟੀ ਦੇ ਨਿਯਮ ਨੂੰ ਅਨੁਭਵ ਕਰਦਾ ਹੈ ਕਿ ਪਰਮਾਤਮਾ ਸੱਚਾ ਤੇ ਸਦਾ ਰਹਿਣ ਵਾਲਾ ਹੈ ਤੇ ਉਸ ਦੀ ਕਚਹਿਰੀ ਵਿੱਚ ਸੱਚ ਹੀ ਵਰਤਦਾ ਹੈ ਧਰਮ ਖੰਡ ਦਾ ਇਹੋ ਧਰਮ ਗਿਆਨ ਖੰਡ ਦਾ ਆਖੋ ਕਰਮ ਕੇਤੀਆ ਖਾਣੇ ਕੇਤੀਆ ਬਾਣੇ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇ ਤੇ ਨਾਨਕ ਅੰਤਨ ਅੰਤ ਜੀਵ ਕਰਮ ਕਰਦਾ ਹੈ ਕਰਮਾਂ ਦਾ ਫਲ ਭੋਗਦਾ ਹੈ ਚੰਗਾ ਕਰਮ ਕਰਦੇ ਹੋਏ ਉਸ ਨੂੰ ਅਟਲ ਸਥਿਰ ਪਰਮਾਤਮਾ ਬਾਰੇ ਵਿਚਾਰ ਉਪਜਦਾ ਹੈ ਫਿਰ ਹੋ ਅਗਲੇ ਕਾਰਜ ਵਲਵਾਦਾ ਹੈ ਜਿਸ ਦਾ ਨਾਂ ਹੈ ਗਿਆਨ ਖੰਡ ਜਿਸ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਡ ਆਨੰਦ ਇਹ ਗਿਆਨ ਵਿੱਚ ਵਾਦੇ ਵਾਲਾ ਖੰਡ ਹੈ ਇਸ ਵਿੱਚ ਕੁਦਰਤ ਦੇ ਵਿਸ਼ਾਲ ਪਸਾਰੇ ਦਾ ਪਤਾ ਲੱਗਦਾ ਹੈ ਗਿਆਨ ਖੰਡ ਵਿੱਚ ਪ੍ਰਭੂ ਦੀ ਬੇਅੰਤਤਾ ਦਾ ਪਤਾ ਲੱਗਦਾ ਹੈ ਸ੍ਰਿਸ਼ਟੀ ਦੇ ਪ੍ਰਬੰਧਾਂ ਦੀ ਜਾਣਕਾਰੀ ਵਾਦੀ ਹੈ ਗੁਰੂ ਸਾਹਿਬ ਕਹਿੰਦੇ ਹਨ ਕਿ ਮਨੁੱਖ ਸਤ ਸੰਗਤ ਵਿੱਚ ਜਾ ਕੇ ਵੀ ਆਪਣੇ ਗਿਆਨ ਦਾ ਵਾਧਾ ਕਰਦਾ ਹੈ ਜੀਵਨ ਨੂੰ ਪ੍ਰਬੋਦੀ ਖੇਡ ਤੇ ਆਪਣੀ ਪਦਵੀ ਦੀ ਸਮਝ ਆ ਜਾਂਦੀ ਹੈ ਤੇ ਉਹ ਹੋਰ ਉਚੇਰੇ ਉੱਠਦਾ ਹੈ ਤੇ ਅਗਲੇ ਸ਼ਰਮਖੰਡ ਵਿੱਚ ਪਹੁੰਚਦਾ ਹੈ ਜਿਸ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਘਾਟ ਕੜੀਏ ਬਹੁਤ ਅਨੂਪ ਤਿੱਥੇ ਘਾਟੀਏ ਸੁਰਤ ਮਤ ਮੰਨ ਬੁੱਧ ਤਿੱਥੇ ਘਾਟੀਏ ਸਰਾ ਸਿਦਾ ਕੀ ਸੁਧ ਸ਼ਰਮ ਤੋਂ ਪਾਵ ਉਦਮ ਮਿਹਨਤ ਕਾਲ ਹੈ ਇਹ ਉਦਮ ਤੇ ਮਿਹਨਤ ਦਾ ਖੰਡ ਹੈ ਇਹ ਤੀਸਰੀ ਮੰਜ਼ਲ ਹੈ ਜਿਸ ਵਿੱਚ ਮਨੁੱਖ ਉਦਮੀ ਬਣਦਾ ਹੈ ਜਦੋਂ ਉਸ ਦੇ ਮਨ ਵਿੱਚ ਪਰਮਾਤਮਾ ਦੀ ਬੇਅੰਤਤਾ ਬੈਠ ਜਾਂਦੀ ਹੈ ਤਾਂ ਉਹ ਉਸ ਵੱਲ ਧਿਆਨ ਦਿੰਦਾ ਹੈ ਉਸ ਦੀ ਪ੍ਰਾਪਤੀ ਲਈ ਮਿਹਨਤ ਕਰਦਾ ਹੈ ਨੇਕ ਚਲਨੀ ਤੇ ਉਦਮ ਕਰਨਾ ਉਸ ਦਾ ਸੁਭਾਅ ਬਣ ਜਾਂਦਾ ਹੈ ਗਿਆਨ ਦੀ ਪ੍ਰਾਪਤੀ ਤੇ ਆਸ਼ੇ ਦੀ ਪੂਰਤੀ ਮਿਹਨਤ ਨਾਲ ਹੀ ਹੁੰਦੀ ਹੈ ਸਰੀਰਕ ਤੇ ਮਾਨਸਿਕ ਤੌਰ ਤੇ ਮਿਹਨਤ ਕਰਦਾ ਹੈ ਗਿਆਨ ਖੰਡ ਵਿੱਚ ਪ੍ਰਾਪਤ ਕੀਤੇ ਗਿਆਨ ਨੂੰ ਅਸਲੀ ਜਾਮਾ ਪਹਿਨਾਉਂਦਾ ਹੈ ਸੇਵਾ ਕਰਮਾਉਂਦਾ ਹੈ ਗੁਰਦੁਆਰੇ ਜਾ ਕੇ ਲੰਗਰ ਦੀ ਸੇਵਾ ਕਰਦਾ ਹੈ ਪੱਖੇ ਦੀ ਸੇਵਾ ਜੁੱਤੀਆਂ ਦੀ ਸੇਵਾ ਆਦ ਕਰਦਾ ਹੈ ਮਨ ਵੀ ਇਕਾਗਰ ਕਰਨ ਦੀ ਕੋਸ਼ਿਸ਼ ਕਰਦਾ ਹੈ ਇਸੇ ਅਵਸਥਾ ਵਿੱਚ ਸੁਰਤ ਮਤ ਮਾਨ ਬੁੱਧ ਤੇ ਸੁਧ ਦੀ ਉਚੇਰੀ ਘੜਤ ਹੁੰਦੀ ਹੈ। ਇਹ ਹੀ ਸਿੱਧੀ ਦੀ ਸੰਪੂਰਨਤਾ ਦੀ ਅਵਸਥਾ ਹੈ। ਅਗਲਾ ਖੰਡ ਕਰਮ ਖੰਡ ਹੈ ਜਿਸ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ। ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ। ਤਿੱਥੈ ਜੋਦ ਮਹਾਬਲਸੂਰ ਤਿੰਮੈ ਰਾਮ ਰਹਾ ਪਰਪੁਰ। ਤਿੱਥੈ ਸੀਤੂ ਸੀਤਾ ਮਹਿਮਾ ਮਾਈ ਤਾਂਕੇ ਰੂਪ ਨ ਕਥਨੇ ਜਾਏ। चौथे मंजिल कर्म खंड ही है ऐ मेहर या बख्शिश पौड़ी है सच खंड पोचन ले परमात्मा नदर मेहर बखश्स या कर्म जरूरी है सरम खंड विच। ਪੌਂਚਿਆ ਹੋਇਆ ਜਗਿਆਸੂ ਸੱਚਖੰਡ ਵਿੱਚ ਪਰਮਾਤਮਾ ਦੀ ਨਦਰ ਮਿਹਰ ਸਦਕਾ ਹੀ ਪਹੁੰਚ ਸਕਦਾ ਹੈ ਪਰਮਾਤਮਾ ਸਰਬਸ਼ਕਤੀਮਾਨ ਹੈ ਉਸ ਦੀਆਂ ਸ਼ਕਤੀਆਂ ਉਸ ਦੀ ਕਿਰਪਾ ਰਾਹੀਂ ਜਗਿਆਸੂ ਅੰਦਰ ਪ੍ਰਗਟ ਹੁੰਦੀਆਂ ਹਨ ਇਹ ਅਵਸਥਾ ਉਹਨਾਂ ਆਤਮਿਕ ਯੋਧਿਆਂ ਦਾ ਸੂਖਮ ਅਸਥਾਨ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਰਸ ਰਮਿਆ ਰਹਿੰਦਾ ਹੈ ਅਜਿਹੀ ਕਿਰਪਾ ਦੀ ਪ੍ਰਾਪਤੀ ਲਈ ਮਨੁੱਖ ਨੂੰ कई बारी बोहत ये ते कई बारी अचान नदर हो जाह खंड, खंड फरमाया गया है सच खंड वसै निरंकार कर कर वेख नदर निहाल तिथे खंड मंडल ब्रह जे को कथे तंत ना अंत तिथे लो लो आकार ਜੀਵ ਜੀਵ ਹੁਕਮ ਤੇ ਵੇ ਤੇਵਕਾਰ ਵੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰੜਾਸਾਰ ਸਚਖੰਡ ਆਤਮਿਕ ਉਨਤੀ ਦਾ ਅੰਤਿਮ ਤੇ ਜੀਵ ਦੀ ਸਖਸੀਅਤ ਦੀ ਸੰਪੂਰਨਤਾ ਦਾ ਖੰਡ ਹੈ ਇਸ ਨੂੰ ਨਿਰੰਕਾਰ ਦਾ ਨਿਵਾਸ ਥਾਨ ਕਿਹਾ ਜਾਂਦਾ ਹੈ ਇੱਥੇ ਨਿਰੰਕਾਰ ਆਪ ਵਿਆਪਕ ਹੈ ਤੇ ਪ੍ਰਭੂ ਦੀ ਲੀਲਾ ਦੇ ਦੀਦਾਰ ਹੁੰਦੇ ਹਨ ਜੀਵ ਨੂੰ ਇਹ ਅਨੁਭੂਤੀ ਹੋ ਜਾਂਦੀ ਹੈ ਕਿ ਸਭ ਕੁਝ ਪ੍ਰਭੂ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ। ਅਰਥਾਤ ਜੀਵ ਉਸ ਹੁਕਮ ਦੀ ਜਾਂ ਰਜ਼ਾ ਨੂੰ ਪਛਾਣ ਜਾਂਦਾ ਹੈ ਜੋ ਆਰੰਭਕ ਪ੍ਰਸ਼ਨ ਕਿਵ ਸਚਿਆਰੈ ਹੋਈਏ ਦਾ ਉੱਤਰ ਹੈ। ਹੁਕਮ ਰਜਾਈ ਚਲਣਾ। ਭਾਵ ਮਨੁੱਖ ਆਪਣਾ ਜੀਵਨ ਜਿਵੇਂ ਜੀਵ ਹੁਕਮ ਤਿਵੇਂ ਤਿਵਕਾਰ ਅਨੁਸਾਰ ਗੁਜ਼ਾਰਦਾ ਹੈ। ਇੱਥੇ ਮਨੁੱਖ ਪਰਮਾਤਮਾ ਨਾਲ ਇੱਕਮਿਕ ਹੋ ਕੇ ਵਿਗਾਸਮਈ ਤੇ ਸਦੀਵੀ ਖੇੜੇ ਨਾਲ ਭਰਪੂਰ ਹੋ ਜਾਂਦਾ ਹੈ। ਇਹ ਹੀ ਆਨੰਦ ਦੀ ਅਵਸਥਾ ਹੈ। ਪਰਮਾਤਮਾ ਦੇ ਘਰ ਜਾ ਕੇ ਹੀ ਅਮਰਪਦ ਦੀ ਪ੍ਰਾਪਤੀ ਹੁੰਦੀ ਹੈ। ਇਹ ਹੀ ਸੁਖ ਦੀ ਅਵਸਥਾ ਹੈ ਜਿਸ ਵਿੱਚ ਸਾਰੇ ਸੰਸੇ ਪਰਮ ਦੁੱਖ, ਦਰਦ ਮਿਟ ਜਾਂਦੇ ਹਨ। ਮਨੁੱਖ ਸਮਦਰਸ਼ੀ ਹੋ ਜਾਂਦਾ ਹੈ। ਉਹ ਦੁੱਖ, ਸੁਖ, ਖੁਸ਼ੀ, ਗਮੀ ਵਿੱਚ ਕਦੇ ਨਹੀਂ ਡੋਲਦਾ। ਅਡੋਲ ਅਵਸਥਾ ਧਾਰਨ ਕਰ ਲੈਂਦਾ ਹੈ। ਸੁਰਤ ਦਾ ਟਿਕਾਣਾ ਉਸ ਅਵਸਥਾ ਨੂੰ ਜਾਚੋਂਦਾ ਹੈ ਜਿੱਥੇ ਮਨੁੱਖੀ ਮਨ ਦੇ ਅੰਦਰ ਪਰਮਾਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ ਸੱਚ ਖੰਡ ਵਿੱਚ ਪਹੁੰਚ ਕੇ ਹੀ ਮਨੁੱਖ ਨੂੰ ਅੰਦਰੂਨੀ ਗਿਆਨ ਹੋ ਜਾਂਦਾ ਹੈ ਜਾਪ ਕਰਨ ਵਾਲੇ ਨੂੰ ਇਹ ਪ੍ਰਕਾਸ਼ ਅੰਦਰ ਤੇ ਬਾਹਰ ਦਿਖਾਈ ਦਿੰਦਾ ਹੈ ਗੁਰੂ ਨਾਨਕ ਫਰਮਾਉਂਦੇ ਹਨ ਸਰਬ ਜੋਤ ਤੇਰੀ ਪਸਰ ਰਹੀ ਜਹ ਜਹ ਦੇਖਾਂ ਤਹ ਨਰ ਹਰੇ ਅੰਮ੍ਰਿਤ ਵੇਲੇ ਪੂਰਨ ਮਾਨਸਿਕ ਇਕਾਗਰਤਾ ਅਤੇ ਆਤਮਿਕ ਸੰਕਲਪ ਨਾਲ ਕੀਤੇ ਜਾਪ ਦੀ ਪਰਪਕਤਾ ਤਾਂ ਸਾਧਕ ਨੂੰ ਅੰਤ ਵਿੱਚ ਏਕੰਕਾਰ ਨਾਲ ਜੋੜ ਦਿੰਦੀ ਹੈ ਅਧਿਆਤਮਿਕ ਆਨੰਦ ਦੀ ਇਸ ਅਵਸਥਾ ਦਾ ਕੇਵਲ ਅਲੌਕਿਕ ਰਸ ਹੀ ਮੰਨਿਆ ਜਾ ਸਕਦਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਲਿਖਦੇ ਹਨ ਜਿਨ ਚਾਖਿਆ ਸਈ ਸਾਧ ਜਾਨਨ ਜਿਉ ਗੂੰਗੇ ਮਠਿਆਈ ਇਹੀ ਮੰਨ ਦੀ ਅਵਸਥਾ ਸਤਿਖੰਡ ਹੈ ਜਿੱਥੇ ਪਰਮਾਤਮਾ ਹੀ ਪਰਮਾਤਮਾ ਹੈ ਜੋ ਜਪਜੀ ਵਿੱਚ ਜੀਵਨ ਜਾਂਚ ਦੀ ਅਮਲੀ ਸੰਥਾ ਦਿੱਤੀ ਗਈ ਹੈ ਜਿਸ ਨਾਲ ਜਗਿਆਸੂ ਇੱਕ ਇੱਕ ਪੌੜੀ ਚੜਦਾ ਸੁਨਿਆਰੇ ਦੀ ਪੱਠੇ ਵਿੱਚ ਪਾਏ ਸੋਨੇ ਵਾਂਗ ਖੋੜ ਤੋਂ ਮੁਕਤ ਹੁੰਦਾ ਜਾਂਦਾ ਹੈ ਅਤੇ ਪਰਮਾਤਮਾ ਦੀ ਨਦਰ ਦਾ ਪਾਤਰ ਬਣ ਕੇ ਆਪਣੇ ਨਿਸ਼ਾਨੇ ਸਤਿਖੰਡ ਵਿੱਚ ਪੁੱਜਦਾ ਹੈ ਇਸ ਅਵਸਥਾ ਦਾ ਵਰਣਨ ਕਰਨਾ ਲੋਹੇ ਵਾਂਗ ਕਰੜਾ ਅਰਥਾਤ ਬੜਾ ਕਠਨ ਹੈ ਗੁਰੂ ਨਾਨਕ 38ਵੀਂ ਪੌੜੀ ਵਿੱਚ ਫਰਮਾਉਂਦੇ ਹਨ ਜਪ ਪਹਾੜਾ ਧੀਰ ਸੁਨਿਆਰ ਅਹਿਰਣ ਮਤ ਵੇਧ ਹਥਿਆਰ ਭਾਉ ਖਲਾ ਅਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਟਟਾਲ ਕੜੀਏ ਸ਼ਬਦ ਸੱਚੀ ਟਕਸਾਲ ਜਿੰਕੋ ਨਦਰ ਕਰਮ ਤਿੰਕਾਰ ਨਾਨਕ ਨਦਰੀ ਨਦਰ ਨਿਹਾਲ